بسم الله الرحمن الرحيم الحمد لله رب العالمين الرحمن الرحيم مالك يوم الدين إياك نعبد وإياك نستعين اهدنا الصراط المستقيم صراط الذين اللهم كل وليك الحجة ابن الحسن صلواتك عليه وعلى آبائه في هذه الساعة في كل ساعة من ساعة الليل والنهار وليا يا طويلا يا رب محمد وآل محمد صل على محمد وآل محمد وأجل فرج آل محمد يا صاحب زمان أدركني يا صاحب زمان ادركني بارویں دے نام تے صلوات سارے مل کے اونچی آواز نال صلوات چا پڑھو اللہم صلی علی محمد و آل محمد نعرہ تکبیر نعرہ تکبیر بسم اللہ علی دے خالق دا نام سارے باوازے بلند گنو نعرہ تکبیر نعرہ رسالت نعرہ رسالت نعرہ حیدری سارے ہاتھ بلند کر کے حیدری خالق جس کو اوج کمال دیتا ہے خالق جس کو اوج کمال دیتا ہے اس کو عری و بدول کی چوکھٹ میں ڈال دیتا ہے مہربانی خالق جس کو اوج کمال دیتا ہے اس کو عری و بدول کی چوکھٹ میں ڈال دیتا ہے پرکھنا ہو جس کو کہو یا علی مدد پرکھنا ہو جس کو کہو یا علی مدد یہ وہ نام ہے جو قبیلے کنگال دیتا ہے حضرت امام حسین علیہ السلام جوانہ بزرگان در ٹورایا منظور و مقبول ہوئے بانی مجلس در پرساں بارگاہ ہے منظور و مقبول ہوئے یہ دھرتی یہ نگری قیامت تک آباد رہا تساں دیکھو جی میں بیٹھے ہو میں آدھا کچھ نہ تے نیاز مولا ایک ایک فٹ ذرا اگھاں تھی ایک ایک فٹ توڑ تک نیاز مولا قدیمی خاندانی ازادارو
ਅੱਗਾਂ ਵਜੋਂ ਨਾ ਸਾਰੀ ਇਹ ਜਗ੍ਹਾ ਖਾਲੀ ਪਈ ਇੱਥੇ ਮੌਲਤ ਮੈਂ ਇਹ ਮੈਡਾ ਕੰਮ ਹੈ ਮੈਡਾ ਕੰਮ ਹੈ ਤੁਹਾਡਾ ਕੰਮ ਨਹੀਂ ਇਹਨਾਂ ਦੇ ਕਿਉਂਕਿ ਇਹ ਲੋਕ ਸਾਡੀ ਜਾਇਦਾਦ ਹੈ ਸਾਡੇ ਸਾਈਏ ਨੇ ਅਸਾਂ ਇਨਾਂ ਨਾਲ ਸੋਹਣੇ ਆਏ ਤੁਸਾਂ ਹੀਵੇ ਤਾਂ ਅਸਾਂ ਹੈ ਸਾਡੀ ਕਿਆ ਮੋਤਬਰੀ ਅਸਾਂ ਤਾਂ ਇੱਕ ਫਕੀਰ ਲੋਕ ਹੈ ਕਦਾ ਕਰ ਲੋਕ ਹੈ ਅਗਰ ਮਾਣ ਕਰਨ ਹੈ ਤਾਂ ਤੁਹਾਡੇ ਉੱਤੇ ਕਰਨ ਹੈ ਇੱਥਾ ਸਾਡੀ ਨਾ ਕੋਈ ਜਾਇਦਾਦ ਹੈ ਨਾ ਕੁਝ ਰਿਸ਼ਤਾ ਹੈ ਖੂਨੀ ਰਿਸ਼ਤਾ ਮੁੱਕ ਵੈਂਦਾ ਹੈ ਹੁਸੈਨ ਵਾਲਾ ਰਿਸ਼ਤਾ ਨਹੀਂ ਮੁੱਕਦਾ ਤਖਲੀਕਾਤ ਦੀ ਦੁਨੀਆ ਤੋਂ ਆਇਆ ਆਵਾਜ਼ ਜਲੀਦਾ ਮੇਰਾ ਖਾਨਾ ਜ਼ਾਤ ਜਵਾਂ ਥੀ ਗਏ ਜਿਹੜਾ ਮਰਕਜ਼ ਮੈਂ ਯਸ਼ਰੀਦਾ ਇਹਦਾ ਰਿਸ਼ਤਾ ਮੈਂ ਤਜਵੀਜ਼ ਕੀਤਾ ਮਹਬੂਬ ਆਪਣੇ ਦੀ ਧੀ ਦਾ ਮੇਰਾਜ ਦਾ ਮਹਾਜ਼ ਬਹਾਨਾ ਹਾਰ ਯਥੀਂਦਾ ਅਕਦ ਅਲੀ ਦਾ ਤਖਲੀਕਾਤ ਦੀ ਦੁਨੀਆ ਤੋਂ ਆਇਆ ਆਵਾਜ਼ ਜਲੀਦਾ ਮੇਰਾ ਖਾਨਾ ਜ਼ਾਤ ਜਵਾਂ ਥੀ ਗਏ ਜਿਹੜਾ ਮਰਕਜ਼ ਮੈਂ ਯਸ਼ਰੀਦਾ ਇਹਦਾ ਰਿਸ਼ਤਾ ਮੈਂ ਤਜਵੀਜ਼ ਕੀਤਾ ਮਹਬੂਬ ਆਪਣੇ ਦੀ ਧੀ ਦਾ ਮੇਰਾਜ ਦਾ ਮਹਾਜ਼ ਬਹਾਨਾ ਹਾਰ ਯਥੀਂਦਾ ਅਕਦ ਅਲੀ ਦਾ ਮਿਹਰਬਾਨੀ ਮੈਂ ਚੰਦ ਮਿੰਟ ਅਲੀ ਅਤੇ ਅਲੀ ਦੇ ਪੁੱਤਰਾਂ ਦੀ ਤਾਰੀਫ ਸੁਣਵੇਨਾ ਜਿਹੜਾ ਇਹਨਾਂ ਦੀ ਤਾਰੀਫ ਵਿੱਚ ਖੁਸ਼ ਹੋ ਜਾਵੇ ਚਿਹਰਾ ਮਨ ਗੁੱਲੇ ਗੁਲਾਬ ਦੇ ਖਿੜ ਜਾਵੇ ਉਹ ਆਪਣੀ ਮਾਂ ਦਾ ਸ਼ੁਕਰੀਆ ਅਦਾ ਕਰੇ ਜੋ ਮੈਨੂੰ ਹਲਾਲ ਦਾ ਜਾਇਜ਼ ਤੇਰਾ ਅਮੀਰ ਹਸਨ ਲਜਪਾਲ ਹਸਨ ਕਰੀਮ ਹਸਨ ਕਹਿ ਕੋ ਕੁਝ ਨਾ ਰੱਖਣ ਵਾਲਾ ਹਸਨ ਲਜਪਾਲ ਹਸਨ ਨਫੀਸ ਹਸਨ ਬਾਬੇ ਤੋਂ ਬਾਅਦ ਬਾਬੇ ਦਾ ਅਮਾਮਾ ਪਏ ਬਾਬੇ ਦਾ ਆਸਾਚ ਹੈ ਬਾਬੇ ਦਾ ਲਿਬਾਸ ਤਬਦੀਲ ਕਰਕੇ ਯਾਨੀ ਬਾਬੇ ਦੀ ਛਬੀ ਬਣ ਕੇ ਮਸਜਿਦ ਦੇ ਕੂਫਾ ਦੇ ਮਿੰਬਰ ਤੇ ਜਲਵਾ ਫਿਗਨ ਦੋਸਤੀ ਹੀਨ ਦੁਸ਼ਮਣੀ ਹੀਨ ਮਿੰਬਰ ਅਜਣ ਮੌਜੂਦ ਏ ਜਿੱਥਾਂ ਜ਼ਹਿਰੀਨ ਦੋ ਰਕਾਤ ਨਮਾਜ਼ ਹਦੀਆ ਬਣ ਕੇ ਪੜ੍ਹਦੇ ਸਰਕਾਰ ਉੱਤੋਂ ਤਕਰੀਰ ਸ਼ੁਰੂ ਕੀਤੀ ਏ ਯਾਨੀ ਖੁਤਬਾ ਸ਼ੁਰੂ ਕੀਤਾ ਸਵਾ ਪਾਰ ਤੇ ਸੂਰਜ ਏ ਜੁਮੇ ਦਾ ਰੋਜ਼ ਏ ਸਰਕਾਰ ਫਰਮਾਏ ਪੁੱਛੋ ਪੁੱਛੋ ਮੈਂ ਹਸਨ ਤੋਂ ਜ਼ਮੀਨੋ ਅਸਮਾਨਾਂ ਜਾਂ ਖਬਰਾਂ ਅਸਾਂ ਚਾਹੂੰ ਤਾਂ ਚੰਦ ਕੋ ਸੂਰਜ ਕਰ ਦਿਓ ਸੂਰਜ ਨੂੰ ਚੰਦ ਕਰ ਦਿਓ ਦਿਨ ਨੂੰ ਰਾਤ ਕਰ ਦਿਓ ਰਾਤ ਨੂੰ ਦਿਨ ਕਰ ਦਿਓ ਨਰ ਨੂੰ ਮਾਦਾ ਕਰ ਦਿਓ ਮਾਦਾ ਨੂੰ ਨਰ ਕਰ ਦਿਓ ਸੋਚਣ ਵਾਲੇ ਅੱਗੇ ਹੈਨ ਹੋਣੀ ਹੀਨ ਵਾਤੀ ਇੱਥੇ ਹੀ ਬੈਠੇ ਤਵੱਜੋ ਜਿਹੜਾ ਨਹੀਂ ਬੋਲੇਦਾ ਉਹ ਸੁਚੇਦਾ ਰਾਮ ਤਵੱਜੋ ਕਦਰਦਾਨ ਹੋ ਕਦਰਦਾਨ ਹੋ ਸ਼ਰੀਫ ਲੋਗਾਂ ਮੂੰ ਜਵਾਂ ਹੂੰ ਮਜਮੇ ਚ ਜਵਾਨ ਉਠਾਏ ਹੂੰ ਆਖਿਰ ਨਰ ਕੋ ਮਾਦਾ ਖੁਦਾ ਕਰੇਂਦੇ ਆਸਮਾਨ ਕੋ ਜ਼ਮੀਨ ਖੁਦਾ ਕਰੇਂਦੇ ਤੂੰ ਕੋਈ ਖੁਦਾ ਹੈ ਤੂੰ ਕੋਈ ਖੁਦਾ ਹੈ ਮੌਲਾ ਫਰਮਾਏ ਖਾਮੋਸ਼ ਹੋ ਜਾ ਮਸਤੂਰ ਹੋ ਕੇ ਮਰਦਾਂ ਦੇ ਮਜਮੇ ਚ ਸ਼ਾਬਾਸ਼ ਬਿਸਮਿਲਲਾ 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 ਕਰਾਂ ਬਿਸਮਿਲਲਾ ਮਸਤੂਰ ਹੋ ਕੇ ਮਰਦਾਂ ਦੇ ਮਜਮੇ ਚ ਜਿਹੜਾ ਮਾਸੂਮ ਦੀ ਬਾਤ ਤੇ ਸ਼ੱਕ ਕਰੇ ਸੀ ਉਹਦੀ ਜਿਨਸੀ ਤਬਦੀਲ ਹੋ ਜਾ ਸੀ ਵੀ ਆਇਕ ਸ਼ਖਸ ਉੱਠੇ ਮੌਲਾ ਫਰਮਾਏ ਬੈਠ ਜਾ ਮੈਂ ਇਮਾਮ ਹਾਂ
ਉਹ ਦਾਵਾ ਤੈ ਬੜਾ ਕੀਤਾ ਹੈ। ਮੌਲਾ ਫਰਮਾਏ ਮਜਮੇ ਤੂੰ ਦੌੜ ਜਾ ਕੁੱਤਾ। ਇਮਾਮ ਦਾ ਆਖਣਾ ਹੈ ਕੁੱਤਾ ਬਣ ਕੇ ਘਰ ਆਏ, ਇਸ ਦੀ ਬੀਵੀ ਲੱਕੜੀ ਮਾਰੇ, ਔਰਤ ਥੱਕ ਗਈ ਹੈ, ਬਹਿਰ ਆ ਕੇ ਸ਼ੋਰ ਮਚਾਏ, ਲੋਕਾਂ ਉਹ ਕਿੱਥੇ ਮੇਰਾ ਵਾਰਸ ਵੇਖਾ ਉਹਨੇ, ਇੱਕ ਜਵਾਨ ਹੱਸਦਾ ਹੈ, ਮੈਂ ਵੀ ਵੇਖਾਏ ਤਾਂ ਹੀ ਵੇਖਾਏ, ਇਹ ਤੇਰਾ ਵਾਰਸ ਹੈ, ਹੱਥ ਜੋੜ ਕੇ ਆਦੀਏ ਖਾਲਿਕ ਦਾ ਨਾਮ ਮੰਨ, ਮੈਂ ਕੋ ਜਵਾਨ ਦਾ ਨਾਮ ਦੱਸ ਜਾਂ ਇਨਸਾਨ ਨੂੰ ਕੁੱਤਾ ਬਣਾਏ, ਇੱਕ ਅਲੀ ਹੈ ਜਾਂ ਅਲੀ ਦਾ ਪੁੱਤਰ ਹੈ। ਸ਼ਾਬਾਸ਼ ਸ਼ਾਬਾਸ਼ ਹੈਦਰੀ, ਅਲੀ ਦਾ ਪੁੱਤਰ ਹੈ, ਜਨਰਲ ਹਸਨ ਹੈ। ਅੱਛਾ ਕਰੀਮ ਮਾਫੀ ਕਿਨਵਾਨੇ ਸਾਂ, ਜਲਦੀ ਨਾਲ ਦੌੜੀਏ, ਜਿੱਥੇ ਸੁੱਤਾ ਪਿਆ ਆ ਕੇ ਪਕੜੇ, ਉੱਠੀ ਜੁਰਮ ਕੀਤਾ, ਮਾਫੀ ਗਿਨਵਾ ਦੇਵਾਂ, ਪਕੜੀ ਆਉਂਦੀ ਏ, ਪਕੜੀ ਆਉਂਦੀ ਏ, ਪਕੜੀ ਆਉਂਦੀ ਏ, ਦਰਵਾਜ਼ੇ ਤੇ ਲੈ ਆਈਏ, ਵੇਖ ਕੇ ਆਦੀਏ ਨਾ ਮਾਸੂਮ ਤੇ ਸ਼ੱਕ ਕਰ ਰਿਹਾ ਨਾ ਕੁੱਤਾ ਬਣਿਆ, ਬਿਸਮਿਲਲਾ ਹਯਾਤੀ ਹੋਈ ਬਾਕਰ ਜੀ ਦੇ, ਨਾ ਮਾਸੂਮ ਤੇ ਸ਼ੱਕ ਕਰ ਰਿਹਾ ਨਾ ਕੁੱਤਾ ਬਣਿਆ, ਮਾਫੀ ਗਿਨਵਾ ਦੇਵਾਂ, ਦਰਵਾਜ਼ੇ ਹਸਨ ਤੇ ਮਿਲਾਇਸ, ਅੰਦਰ ਗਈ ਏ ਸਰਕਾਰ ਕਾਲੀਨ ਤੇ ਬੈਠਣ, ਦੁਪੱਟਾ ਲਹਾ ਕੇ ਇਮਾਮ ਦੇ ਕਦਮਾਂ ਤੇ ਰੱਖੇ, ਕਰੀਮ ਦਾ ਪੁੱਤਰ ਕਰੀਮ, ਲਜਪਾਲ ਦਾ ਪੁੱਤਰ ਲਜਪਾਲ, ਇਸ ਕੁੱਤੇ ਤੋਂ ਨਡੇਖ ਮੈਂ ਕਲੀਸ ਤੋਂ ਡੇਖ। ਸ਼ਾਬਾਸ਼ ਇੱਕ ਮਸਤੂਰ ਕੁੱਤਾ ਮੰਨਣ ਨਾ ਲਖਾਉਣੇ, ਬਿਲਾਲ ਹਬਸ਼ੀ, ਰੰਗ ਦਾ ਕਾਲਾ, ਜ਼ਬਾਨ ਦਾ ਚਿਚਰਾ ਹੈ, ਨੀਅਤ ਠੀਕ ਇਸ ਦਰਵਾਜ਼ਾ ਮੁਹੰਮਦ ਤੇ ਆਏ, ਆਪੂ ਨਾ ਬੋਲਣ ਵਾਲੇ ਨਬੀ ਕੋ ਆਖਣ ਪੈ ਗਏ ਤੂੰ ਮੁਅੱਜ਼ਿਨ ਹੈ, ਇਹ ਅਜ਼ਾਨ ਦਿੱਤੀ ਹੈ, ਵੱਧ ਸੋਚਣ ਵਾਲੇ ਆ ਗਏ, ਸੁਰੀਲਾ ਨਹੀਂ ਇਹ, ਹਸੀਨ ਨਹੀਂ ਚਿਚਰਾ ਹੈ, ਅਰਬੀ ਸਹੀ ਨਹੀਂ ਬੋਲ ਸਕਦਾ। ਮੁਹੰਮਦ ਫਰਮਾਏ ਮੈਂ ਨਹੀਂ ਆਖਿਆ ਊ ਆਖੇ, ਖਾਲਿਕ ਢੇਰਾਂ ਦੀ ਸੁਣਦਾ ਹੈ, ਸਰਕਾਰ ਫਰਮਾਏ ਢੇਰਾਂ ਦੀ ਤਾਂ ਸੁਣਦਾ ਜੋ ਨੀਅਤ ਠੀਕ ਹੋਵੇ, ਸਾਨੂੰ ਇਹ ਪਸੰਦ ਨਹੀਂ। ਮੁਹੰਮਦ ਫਰਮਾਇਆ ਤੁਹਾਨੂੰ ਇਹ ਪਸੰਦ ਨਹੀਂ, ਅੱਜ ਰਾਤ ਅਜ਼ਾਨ ਨਾ ਦੇਸੀ ਤੁਸੀਂ ਸੁਰੀਲਾ ਮੁਅੱਜ਼ਿਨ ਲਾਇਆ, ਬਿਲਾਲ ਤੇ ਅਜ਼ਾਨ ਨਹੀਂ ਦੇਵਣੀ। ਸਹੀ ਇਤਰਾਜ਼ ਇੰਨਾ ਕੀਤਾ ਹੈ, ਤੂੰ ਮੁਹੰਮਦ ਇਜਾਜ਼ਤ ਦੇਵੇ ਕਿਸੇ ਦਰਵਾਜ਼ੇ ਤੇ ਮੈਂ ਜਾਵਾਂ। ਬਿਲਾਲ ਖੜੋਤੇ ਰਹੇ ਦਰਵਾਜ਼ਾ ਬਤੂਲ ਤੇ ਆਏ, ਫਰਿਆਦ ਕੀਤੇ ਸਵਾਲ ਬਣਾਈਏ ਮਾਲਕ, ਸ਼ਕਲ ਬਣਾਈਏ ਮਾਲਕ, ਜ਼ਬਾਨ ਬਣਾਈਏ ਮਾਲਕ, ਰੋਮਨ ਜਵਾਹਰ ਲਜਪਾਲ ਦੇ ਲਜਪਾਲ ਦੀ ਸੁਣੀ, ਕਰੀਮ ਦੀ ਕਰੀਮ ਦੀ ਸੁਣੀ, ਦਰਵਾਜ਼ੇ ਤੇ ਚਾਚਾ ਬਿਲਾਲ ਰੋਂਦਾ ਕਿਉਂ, ਇਸ ਸੈਂਡ ਮੈਂ ਡਿਊਟੀ ਤੋਂ ਹਟਾਇਆ ਗਈਆ, ਬੀਬੀਆਂ ਜੇ ਰੋ ਨਹੀਂ ਘਬਰਾ ਨਹੀਂ, ਅੱਲਾ ਦੀ ਬੇਜੀ ਬਤੂਲ ਹੋ ਕੇ ਮੁਹੰਮਦ ਦੀ ਬੇਟੀ ਹੋ ਕੇ ਮਦੀਨੇ ਦੀ ਸਰਜ਼ਮੀਨ ਤੇ ਵਾਇਦਾ ਕਰ ਰਹੀਆਂ, ਵਾਇਦਾ ਕਰ ਰਹੀਆਂ, ਜੇਤੀ ਤੂੰ ਆਜ਼ਾਨ ਨਾ ਦੇਸੇ ਨੀਂ ਨਾ ਉਭਰ। ਸ਼ਾਬਾਸ਼ ਹੈਦਰੀ, ਜੇਤੀ ਤੂੰ ਅਜ਼ਾਨ ਨਾ ਦੇਸੇ ਨੀਂ ਨਾ ਉਭਰ। ਸੈਣ ਯਕੀਨ ਕਹੇ ਔਖੀ ਦੇਲੇ ਬਿਰਾ ਕਾ ਮਾਨਨ, ਇਜਾਜ਼ਤ ਹੋਵੇ ਤੇ ਮੈਂ ਆਪਣੇ ਪੀਰ ਭਾਈ ਨਾਲ ਗੱਲ ਕਰਨਾ ਚਾਹੁੰਦਾ। ਪੀਰ ਭਾਈ ਕਾ ਉਹਨੇ ਸੂਰਜ ਸੂਰਜ ਮੁਖਾਤਬ ਹੋ ਕੇ ਉਹਦਾ ਬੈਠਾ, ਇੱਕ ਪੀਰ ਦੇ ਯਾਰ ਮੁਰੀਦ ਹਿੱਸੇ, ਤੇਰੇ ਨਾਲ ਕਰੇ ਜਿਹੜਾ ਈ ਕੀਤੀ ਬੈਠੇ ਹੋ, ਮੈਂ ਗੁਦਾਸ ਰਹਿੰਦਾ ਥੈਨੂੰ ਜੋ ਹੱਥ ਬੰਨ ਕੇ ਟੇਕ ਲਗਾ ਬੈਠਾ ਹੈ, ਦਲੀਲ ਬੇ ਨੀਂਦਰ ਕੁੱਟੇ ਸਾਂ, ਤਵੱਜੋ ਕਦਰ ਦਾ ਨਾ ਹੋ, ਇੱਕ ਪੀਰ ਦੇ ਯਾਰ ਮੁਰੀਦ ਹਿੱਸੇ, ਤੇਰੇ ਨਾਲ ਕਰੇ ਨਾ ਗਾਲੇ ਅੱਜ ਸ਼ਾਨ ਹਬਸ਼ੀ ਅਜ਼ਮਾਉਣਾ ਚਾਹੁੰਦੇ ਸਾਰੇ ਦੁਨੀਆ ਵਾਲ, ਦੇਖਿਆ ਤੇ ਅੱਜ ਤਾਂ ਫਲਾਕ ਤੇ ਚੜਨਾ ਨਹੀਂ, ਤੇ ਕੂੜੇ ਦੇ ਹੁਕਮ ਬਿਲਾਲੇ, ਤੇ ਕੂੜੇ ਦੇ ਹੁਕਮ ਬਿਲਾਲੇ, ਨਾ ਤਾਂ ਸਾਰੀ ਰੋਸ਼ਨੀ ਖਾਸ ਗਿਰ ਥਾਂ ਪੀਰ ਅਲੀ। ਮਿਹਰਬਾਨੀ।
ਤੁਸੀਂ ਕੋਰਟ ਜਿਹੜੇ ਹੈਵੇ ਦੂਤਰੇ ਬੰਦੇ ਤਬਾਲ ਖਿੜੇਂਦੇ ਬੈਠੇ ਵੀ ਇਹ ਸੱਡ ਖਿਲੋ ਜੀ ਆ ਸਿੱਖੇਂਦੇ ਬੈਠੇ ਹੋ ਸਾਡੀ ਕੁਝ 40 ਸਾਲ ਥੀ ਗਏ ਅਸਾਂ ਚਿਹਰੇ ਸੁਜਾਣਦੇ ਅਸਾਂ ਸਭ ਕੁਝ ਜਾਣਦੇ ਹਾਂ ਜਿਵੇਂ ਮਰਦੇ ਉਹਨੇ ਕਰੋ ਅੱਛਾ ਮੈਂ ਸੇ ਕਈ ਗਾਲ ਹੀ ਨਾ ਦਾ ਇੱਕ ਆਖ ਤਾਂ ਦੇਵਾਂ ਹਾਂ ਨਾ ਕੰਟਰੋਲ ਕਰ ਬਵਾਏ ਜੋ ਇਹ ਇੱਕ ਵਾਰ ਨਾਲ ਖਿਲੇ ਨਾ ਸਾਰੀ ਵੱਡਾ ਪੀਰ ਅਲੀ ਲਜਪਾਲ ਆਵਾਜ਼ ਆਇਆ ਸੂਰਜ ਦਾ ਕੋਈ ਫਿਕਰ ਨਾ ਕਰ ਮਸਤ ਮਵਾਲੀ ਅੱਜ ਮੈਂ ਫਲਕ ਤੇ ਚੜਨਾ ਨਹੀਂ ਮੈਂ ਕੋ ਆਖੀਏ ਨਜਫ ਦੇ ਲੁੱਟੀਆਂ ਕੀ ਹੈ ਨਦੀ ਦੱਸੀਆਂ ਲੁੱਟੀਆਂ ਕੀ ਹੈ ਅਲੀ ਦੱਸੀਆਂ ਬਹੁ ਮਾਰਾ ਨੇ ਸਾਇਦਾਂ ਕੋ ਸੋਚਾ ਨਾ ਕਰ ਸਾਇਦਾਂ ਕੋ ਮੰਨਾ ਕਰ ਜਿਹਦਾ ਖਾਧਾ ਕਰ ਉਹਦਾ ਇਹਤਰਾਮ ਕੀਤਾ ਤੁਸਾਂ ਰੋਵਣ ਆਏ ਬੈਠੇ ਸ਼ਰਮ ਕਰਕੇ ਨਾ ਰੋ ਤੂੰ ਨਿਆਜ਼ ਹੁਸੈਨ ਕਿਉਂ ਆਦੇ ਮੈਂ ਜੋ ਤੇਰਾ ਨੌਕਰ ਹਾਂ ਮੈਂ ਡਿਪਟੀ ਡੇਵੜੀ ਉਕੂ ਰੋਵਣ ਆਇਆ ਬੈਠੇ ਜੇ ਭੇੜੀ ਰਜ ਨਹੀਂ ਰੋਣੀ ਕਈ ਬੰਦੇ ਸ਼ਰਮਾਉਂਦੇ ਬੈਠੇ ਗੁਰਬਤ ਦੀ ਹੱਦ ਦੇ ਕਹਿੰਦਾ ਬੇਰਾ ਮਰ ਵੰਜੇ ਹੁਕੂ ਆ ਕੇ ਮਸਤੂਰਾਂ ਪਰਚੇਂਦੇ ਲੇਕਿਨ ਇਹੋ ਕੁਝ ਪਰਚਾਏ ਨੇ ਜੋ ਹੱਥ ਇੰਜ ਬੱਧੇ ਨੇ ਸ਼ਾਬਾਸ਼ ਬੇਰਾ ਨੌਕਰ ਜੋ ਕਰੋੜ ਦਫਾ ਤੇਰੇ ਬੱਚੜੇ ਆਓ ਅੱਗਾਂ ਲੱਗਾ ਅੱਗਾਂ ਲੱਗਾ ਕਈ ਦਫਾ ਕਾ ਸੱਯਦ ਜੋ ਹੈ ਸ਼ਰੀਫ ਲੋਕ ਆਦੀਏ ਹੋਈ ਤਾਂ ਮਲਸਾ ਤੇਰਾ ਚੇਲਮ ਕਰੇ ਚੇਲਮ ਉਹਦੇ ਚਲੀ ਵੇਲੀ ਇਹ ਪੌਣੇ 2 ਸਾਲ ਤੋਂ ਬਾਅਦ 120 ਮਜ਼ਦੂਰ ਚੋਂ 12 ਬੱਚਨ ਇਹ ਮੈਂਬਰ ਬਲੋਚਾ ਕਈ ਦਫਾ ਖਾਂ ਗਲਤ ਹੋਵੇ ਮੋਟਰ ਚ ਨਾ ਬਾਣ ਦੇਵੇ ਇੱਥੋਂ ਪੱਕਣੇ 12 ਬੱਚਨ 12 ਉਹਨਾਂ 12 ਚ ਸੁਜਾਣ ਦਾ ਕੋਈ ਨਾ ਵੱਡੀ ਕਿਹੜੀ ਏ ਛੋਟੀ ਕਿਹੜੀ ਏ ਸਾਰਾ ਬੁੱਢਿਆ ਥੀ ਗਿਆ ਸ਼ਰਮਾ ਦੇ ਉਹ ਜ਼ਮੀਨ ਤੋਂ ਦੇਖੇ 12 ਫਰਮੈਂਦੇ 12 ਹਯਾਤੀ ਹੋਈ ਮੌਲਾ ਵੱਡੇ ਰੰਗਲਾ ਵੀ ਖਾਨਦਾਨੀ ਅਜ਼ਾਦਾਰ ਹੈ 12 ਫਰਮੈਂਦੇ ਮੇਰਾ ਉਹਨਾਂ ਡਾਡੀਆਂ ਤੇ ਸਲਾਮ ਜਿਨ੍ਹਾਂ ਦੇ ਚਿਹਰੇ ਸਰਦੀ ਗਰਮੀ ਦੀ ਵਜ੍ਹਾ ਤੋਂ ਰੰਗ ਤਬਦੀਲ ਕਰ ਉਠਤ ਵਾਲੇ ਹੋ ਅਸੀਂ ਹੁਸੈਨ ਦੇ ਸਾਂਗੇ ਤੁਹਾਡੇ ਮਹਿਮਾਨ ਹੈ ਉਵੇਂ ਸਾਡਾ ਘਰ ਵਤਨ ਹੈ ਮੈਂ ਅਕਸਰ ਬੰਦੇ ਸਾਜਦ ਸ਼ਾਹ ਜਾਣਦਾ 10 ਸਾਲਾਂ ਤੋਂ ਬਾਅਦ ਜੋ ਸਰਦਾਰ ਸਾਹਿਬ ਧੀ ਫੇਕੇ ਵੱਲੇ ਕਿਆ ਫਿਰਾ ਉਸ ਭੇੜ ਨੂੰ ਨਹੀਂ ਸੁਣਾਉਂਦਾ ਮੈਂ ਕੋ ਅਲਮਾ ਦੀ ਕਸਮ ਹੈ ਜਦਾਂ ਆਲੀਆ ਵੱਲੀ ਹੈ ਪੂਰੇ 10 ਮਿੰਟ ਹਨਫੀਆ ਖੈਮਾ ਦਾ ਚੋਬਾ ਪਕੜੀ ਖੜਾ ਰਹੇ
ਤੁਰ ਤੁਰ ਹਰ ਮਜ਼ਦੂਰ ਦੇ ਚਿਹਰੇ ਤੋਂ ਰਹਿੰਦਾ ਹੈ ਅਤੇ ਸੰਚਾਰ ਇਹਨਾਂ ਬਾਰਾਂ ਚੋਂ ਮੇਰੀ ਆਲੀਆ ਭੇਡ ਕਿਹੜੀ ਹੈ ਸ਼ਾਬਾਸ਼ ਸ਼ਾਬਾਸ਼ ਹਯਾਤ ਇਹਨਾਂ ਬਾਰਾਂ ਚੋਂ ਮੇਰੀ ਆਲੀਆ ਭੇਡ ਕਿਹੜੀ ਹੈ ਬਾਕਰ ਹੁਕਮ ਦਿੱਤਾ ਹੀ ਮੈਂ ਚੇਲਮ ਦਾ ਮਜ਼ਮੂਨ ਪਿਆ ਪੜ੍ਹਦਾ ਇਹਨਾਂ ਕੋ ਵਾਪਸੀ ਦਾ ਜੁਮਲਾ ਇੱਕ ਸੁਣਦਾ ਪਿਆ ਜਦੋਂ ਭੇਣ ਵੱਡੀ ਹੋਵੇ ਤੇ ਭਾਵੇਂ ਛੋਟੀ ਹੋਵੇ ਫਿਰਾ ਬਾਰੂ ਆਵੇ ਭੇਣ ਅਦਬ ਦਾ ਸਰ ਚੁੱਕੇ ਫਿਰਾ ਭੇਣ ਦੇ ਸਰ ਤੈਨੂੰ ਹੱਥ ਰੱਖਦਣ ਇਹਨੂੰ ਆਲੀਆ ਸਰ ਚੁੱਕਾ ਹੈ ਹਨਫੀਆ ਨੂੰ ਹੱਥ ਰੱਖ ਪੰਜ ਮਿੰਟਾਂ ਤੋਂ ਬਾਅਦ ਹੱਥ ਰੰਗੀਨ ਥੀ ਗਏ ਬੀਬੀ ਆਦੇ ਹੱਥ ਚਾਮ ਐਡਾ ਸਰ ਜ਼ਖਮੀ ਹੈ ਮੈਂ ਛਤਰੀ ਬਾਜ਼ਾਰਾਂ ਚ ਅਕਬਰ ਦੀ ਮੁਕਾਨ ਝਲੈਂਦੀ ਰਹੀ ਹਾਂ ਵਸਦਾਰਾ ਹੈ ਸ਼ਾਬਾਸ਼ ਮੈਂ ਰਾਜ਼ੀ ਹਾਂ ਹਰ ਅੱਖ ਵਸ ਪਈ ਹੈ ਤੂੰ ਨਿਆਜ਼ ਹੁਸੈਨ ਨਾ ਨੌਕਰਾਂ ਤੇਰੇ ਬੱਚੜੇ ਜੀਵੇ ਹੱਥ ਚਾ ਫਿਰਾ ਦੇ ਗੱਲ ਚ ਬਾਂਹ ਪਾ ਕੇ ਆਦੀਏ ਹਨਫੀਆ ਛਤਰੀ ਬਾਜ਼ਾਰਾਂ ਚ ਸਾਕੂ ਬਹੁ ਮਾਰਾਂ ਮਸਾਇਬ ਦੇ ਲਫ਼ਜ਼ੋਂ ਨੇ ਬੱਚੜਿਆਂ ਦੀ ਹਯਾਤੀ ਹੋ ਗਈ ਸਾਕੂ ਛਤਰੀ ਬਾਜ਼ਾਰਾਂ ਚ ਬਹੁ ਮਾਰਾਂ ਨੇ ਜੁਰਮ ਇਹੋ ਆਈ ਜੋ ਅਲੀ ਦੀ ਧੀ ਆਈ ਜੁਰਮ ਇਹੋ ਆਈ ਜੋ ਸੈਯਦ ਜ਼ਾਦੀ ਆਈ ਪੱਥਰ ਮਾਰੇ ਨਾ ਛੁੜਾਵਣ ਵਾਲਾ ਕੋਈ ਨਾ ਹਰ ਕੋਈ ਤਹੱਫ਼ੁਜ਼ ਹੱਥ ਨਾਲ ਕਰੇਂਦੇ ਹੱਥ ਸੈਦਾਨੀਆਂ ਦੇ ਕੇ ਜ਼ਰੂਰ ਸ਼ਾਬਾਸ਼ ਇਵੇਂ ਰੋਜ਼ ਮੇ ਰੋਣ ਦਾ ਆਦੀ ਜੈ ਨਾ ਵਲਣਾ ਸ਼ਾਹ ਜੀ ਉਹ ਵੱਲ ਲਈਏ ਫਿਰਾਂ ਢੇਰ ਹੋਵੇ ਭੇਣੀ ਕੋ ਇੱਕ ਤੇ ਮਾਣ ਹੁੰਦੇ ਜਿੱਡਾ ਵੱਲੀਏ ਅੱਬਾਸ ਦੇ ਬੰਦ ਦਰਵਾਜ਼ੇ ਤੇ ਆ ਖੜੀਏ ਇਵੇਂ ਕੁੰਡੇ ਚੱਤ ਪਾ ਕੇ ਆਦੀ ਰਲੇ ਗਏ ਹਾਸੇ ਤੇ ਭੇਣ ਕੱਲੀ ਵਾਲਾਈਏ ਜਿਵੇਂ ਜੀ ਰਲੇ ਗਏ ਹਾਸੇ ਤੇ ਭੇਣ ਕੱਲੀ ਵਾਲਾਈਏ ਤ੍ਰਿਵੰਜਾ ਕਿਨ ਗਈਆਂ ਤ੍ਰਾਏ ਵਾਲਾ ਨੀ ਅੱਬਾਸ ਤੇਰੇ ਬਾਦ ਸਾਕੂ ਬਹੁ ਮਾਰਨ ਹੈ ਤੇਰੇ ਛੁੜਾਵਣ ਵਾਲਾ ਸਾਡਾ ਕੋਈ ਨਾ ਅੱਬਾਸ ਤੂੰ ਹੋਵੇਂ ਆ ਤਾਂ ਮੇਰਾ ਚਿਹਰਾ ਦੇਖਿਆ ਮੈਂ ਬੇਮੌਸਮੀ ਉਡੜੀ ਥੀ ਪੂਰੇ ਅੱਠ ਦਿਨ ਅੱਬਾਸ ਦੇ ਦਰਵਾਜ਼ੇ ਤੇ ਰੋਣੀਏ ਜਿਹੜੇ ਨਾਵੀਂ ਰਾਤ ਆਈਏ ਨਾ ਧੀਆਂ ਆਣ ਕੇ ਅਬਦੁੱਲਾ ਤੇ ਛਣ ਪੈਣ ਜਿਤਨਾ ਬਹਾਦਰ ਪਿਉ ਹੋਵੇ ਧੀ ਰੋਵੇ ਪਿਉ ਨਾ ਰੋਂਦਾ ਰਾਸੀ ਪੁੱਛੀ ਨਾ ਜਿਹੜੇ ਧੀਆਂ ਚੁੱਪ ਕੀਤੀਏ ਅਬਦੁੱਲਾ ਤੜਪ ਹੈ ਦੇਖਿਆ ਦੇ ਕੈਂ ਝਿਣਕ ਦਿੱਤੀ ਵੇ ਕੈਂ ਤਾਨਾ ਮਾਰਾ ਵੇ ਮੈਂ ਕੋ ਗਰੀਬ ਨਾ ਸਮਝੋ ਮੈਂ ਜਾਫਿਰ ਤਜਾਰ ਦਾ ਪੁੱਤਰ ਮੇਰੀ ਹਰ ਮੁਲਕ ਚ ਜਾਗੀਰ ਹੈ ਮੈਂ ਬਦਲਾ ਗਿਨਸਾਂ ਜਿਹੜੇ ਬਦਲਾ ਦਾ ਨਾਮ ਹੈ ਮੂੰਹ ਤੇ ਪਿੱਟੀਆਂ ਆ ਦਿਨ ਕੈ ਕੁਮ ਬਦਲਾ ਗਿਨਸੈ ਜੈ ਲਿਬਾਸ ਚ ਗਈ ਹਈ ਉਹੀ ਚ ਬਲ ਆਈ ਸ਼ਾਬਾਸ਼ ਸ਼ਾਬਾਸ਼ ਜਿੰਦਾ ਰਹਿ ਅੱਲਾ ਬਾਬਾ ਜਿੰਦਾ ਵਾਹ ਭਾਈ ਵਾਹ ਨੌਕਰ ਜੈ ਲਿਬਾਸ ਚ ਗਈ ਹਈ ਉਹੀ ਚ ਬਲ ਆਈਏ ਸਾਡੀ ਮਾਂ ਕੋ ਘਰ ਘਿਨੋ ਅਬਦੁੱਲਾ ਦੇ ਆਰਾਮ ਚ ਕਰੋ ਸੁਬਹ ਮੈਂ ਤੁਹਾਡੀ ਮਾਂ ਘਿਨਾ ਸਾਂ ਹੁਕਮ ਤਾਂ ਮੰਨਣਾ ਨਹੀਂ ਲੇਕਿਨ ਸੁੱਤਿਆ ਨਹੀਂ ਰਾਤ ਢਲੀਏ ਵੱਡੀ ਦੀ ਕੂਜ਼ਾ ਪਾਣੀ ਦਾ ਭਰੇ ਉੱਠੀ ਬਾਬਾ ਤਹੱਜਦ ਦਵੇ ਲਈ ਅਬਦੁੱਲਾ ਤਹੱਜਦ ਪੜ੍ਹੀਏ ਧੀਆਂ ਨਾਲ ਪਿਓ ਫਰੀਜ਼ਾ ਪੜ੍ਹੇ ਧੀਆਂ ਨਾਲ ਪਿਓ ਕੁਰਾਨ ਪੜ੍ਹੇ ਧੀਆਂ ਨਾਲ ਪਿਓ ਦੁਆ ਮੰਗੀਏ ਧੀਆਂ ਅਮੀਨ ਆਖੀਏ ਅਬਦੁੱਲਾ ਧੀਆਂ ਦੇ ਕੰਧਿਆਂ ਤੇ ਹੱਥ ਰੱਖ ਕੇ ਅਲੀ ਦੇ ਵਿਹੜੇ ਆਏ ਇਹਨੂੰ ਸੱਜਾਦ ਅਕਬਰ ਦੀ ਮੌਤ ਦੀ ਫੋੜੀ ਵਿੱਚ ਸ਼ਾਬਾਸ਼ ਅੱਲਾ ਭਾਵੇਂ ਜੀ ਹਯਾਤੀ ਹੋਵੇ ਵੀ ਮੌਲਾ ਰੰਗ ਲਾਵੇ
ਸਰਦਾਰ ਸਾਹਿਬ ਲੱਖ ਦਫਾ ਖਾਵੇ ਤਾਂ ਮਕਾਨ ਡਿਉਣੀਏ, ਜੱਡਾ ਦੁੱਖਾਂ ਦੁੱਖੇ ਕੋ ਮਿਲੇ ਦੁੱਖਾਂ ਫੂੜੀ ਛੋੜ ਲੈਂਦੇ ਆਦੇ ਆ ਮੈਂ ਵਸਦੇ ਜੱਗ ਚ ਲੁੱਟਾ ਗਿਆ। ਇਹਨੂੰ ਅਬਦੁੱਲਾ ਦੀਆਂ ਕੁੰਨਾ ਲਾ ਕੇ ਆਇਆ, ਇਹਨੂੰ ਸੱਜਾ ਦੀ ਬਾਕਰ ਡਾੜੀ ਚੁੰਮੀਏ, ਅਕਲ ਮਾਰ ਕੇ ਆਦੇ ਬਾਬਾ ਕੀ ਕੋ ਮੁਕਾਨ ਖਿੰਡੇ ਉੱਠਦੇ ਆਮਾ ਬਾਜ਼ਾਰ ਚ ਟੁਰਦੀ ਰਹੀਏ, ਅਦਿਆਮ ਕੁਗਲਾ ਭੇੜ ਕਿਤੇ ਕਫਨ ਮੰਗਦਾ ਰਹੇਗੀ। ਸ਼ਾਬਾਸ਼ 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 ਅਦਿਆਮ ਕਫਨ ਮੰਗਦਾ ਰਹੀਆ, ਅਦਿਆ ਮੈਂ ਕੁਗਲਾ ਮੈਂ ਬਾਜ਼ਾਰ ਚ ਪੱਥਰ ਥਲੇਦਾ ਰਹੀਆ, ਅਦਿਆ ਮੈਂ ਕੁਗਲਾ ਮੇਰੀ ਦਾੜੀ ਚਿੱਟੀ ਸੀ ਕੋਟ ਦੂਏ। ਬਹੁਤ ਬੜੇ ਬਜ਼ੁਰਗਾਂ ਦਾ ਸ਼ਹਿਰ, ਮੇਰੀ ਹਰ ਚਿਹਰੇ ਤੇ ਨਿਗਾਹ ਹੈ, ਮਾਵਾਂ ਜਾਂ ਝੋਲੀਆਂ ਚ ਲਿਖੇ ਸੁਣਨ ਲੱਗੇ ਉਹ ਜਿਹੜਾ ਸੱਜਣ ਇੱਕ ਪੈ ਕੁਗਲ ਆਵੇ ਭਾਈ ਜਾਨ, ਸੱਜਣ ਦਾ ਸੱਜਣ ਦੀ ਕੰਡ ਤੇ ਲੱਗਦਾ ਅਬਦੁੱਲਾ ਦਿਆ ਸੱਜਾ ਦੀ ਕੰਡ ਤੇ ਲੱਗਣ, ਜਿਵੇਂ ਬਾਕਰ ਪਰ ਰੋਂਦਾ ਕੜਾ ਅਕਲ ਮਾਰ ਗਿਆ ਦੇ ਡਾਡਾ ਹੱਥ ਚਾ ਮੇਰੇ ਪਿਓ ਦੀ ਕੰਡ ਜ਼ਖਮੀ ਮੇਰੇ ਪਿਓ। ਜੀ ਆਖਾਂ ਜੀ ਆਖਾਂ ਮੇਰਾ ਸਰਦਾਰ, ਜੀ ਆਖਾਂ ਜੀ ਆਖਾਂ ਮੇਰੀ ਹਰ ਚਿਹਰੇ ਤੇ ਨਿਗਾਹ ਹੱਥ ਚਾ ਮੇਰੇ ਪਿਓ ਦੀ ਕੰਡ ਜ਼ਖਮੀ ਏ। ਹਾਂ ਜਿਵੇਂ ਕੁਮੌਲਾ ਦੇ ਮਿੰਬਰ ਦੀ ਕਸਮ ਏ, ਕਾਫੀ ਦੇਰ ਜਨਾਬ ਅਬਦੁੱਲਾ ਸੱਜਾਦ ਦਾ ਚਿਹਰਾ ਦੇਖਦਾ ਰਹੀ ਆਈ, ਅਦੇ ਸਨ ਛੋਟਾ ਆਈ ਡਾੜੀ ਚਿੱਟੀ ਕਿਉਂ ਥੀ ਗਈ ਆਈ, ਅਦੇ ਚਾਚਾ ਪਿਓ ਦੇ ਰਲੇ ਕੁਸ ਗਿਆ ਵਾ, ਅਕਬਰ ਤੂੰ ਪਹਿਲੇ ਮਰ ਗਿਆ ਵਾ, ਸ਼ਾਮੇ ਗਰੀਬਾਂ ਦਾ ਮੰਦਰ ਨਾ ਵੇਖਾਂ, ਜਿਹੜੇ ਬੇਵਾ ਬੇ ਮੇਰੀ ਸਿਰਾ ਦੁਆ ਬੈਠੀਏ, ਅਕਬਰ ਦਾ ਕਾਤਲ ਮੈਂ ਡਾਜ ਲੁੱਟ ਗਈ ਹੈ। ਸਾਜਨ ਸ਼ਾਹ ਮੈਂ ਬੈਂਡ ਪੜਨਾ, ਮੈਂ ਚਾਹਨਾ ਛੋਟੇ ਬੱਚੇ ਮੁਕਾਉਣ ਡੇਵਨ, ਆਦੇ ਕਿਵੇਂ ਆਇਓ, ਆਦੇ ਮੈਂ ਨਹੀਂ ਆਇਆ ਹੈ ਭੇਣੀਆਂ ਹਨ, ਜਿਹੜੇ ਭੇਣੀ ਦਾ ਨਾਮ ਹੈ ਇਵੇਂ ਡਿੱਠੇ ਅਬਦੁੱਲਾ ਜਦੀਆਂ ਇਵੇਂ ਛੋਟੇ ਛੋਟੇ ਹੱਥ ਬੱਥ ਇਨਾ ਹੱਥ ਬਦਲ ਯਜ਼ੀਦ ਦਰਬਾਰ ਚ ਹੱਥ ਬੰਨ। ਸ਼ਾਬਾਸ਼ ਜੀ ਜੀ, ਅਜੇ ਸਜਾਦ ਮੈਂ ਡਾਢੀ ਥੱਕ ਪਈ, ਅਜੇ ਲੱਗੇ ਵਜੋ ਕੱਲ ਫੁੱਫੀ ਆਵੇਸ, ਜੈ ਧੀ ਦਾ ਪਿਓ ਮਰ ਵਜੇ ਉਹਦਾ ਫਿਰਾਂ ਵਾਰਸ, ਜੈ ਦਾ ਫਿਰਾਂ ਮਰ ਵਜੇ ਉਹਦਾ ਬੱਤਰੀ ਜਾ ਵਾਰਸ, ਇਹ ਜਾ ਫਿਰ ਤਿਆਰ ਦਿਨੂੰ ਇਹਦੇ ਰੋਬਾਂ ਦੀ ਸਹਿਣ ਆਈ, ਸੱਜਾਦ ਬੋਲਾ ਨਹੀਂ ਅੱਖਾਂ ਚੋਂ ਰੱਤ ਵਾਜੀ, ਇਵੀਆਂ ਦੇ ਕਰੇ ਨਾ ਰੋਵੇ ਵੱਧ ਕੋਈ ਬਈ ਸ਼ਾਮ ਤਾਂ ਨਹੀਂ, ਅਦੇ ਚਾਚਾ ਆਇਆ ਤੁਸਾਂ ਘਰ ਮੰਨਣਾ, ਬੀਬੀ ਚਾਦਰ ਛੱਡ ਗਈ ਬੀਬੀਆਂ ਦੇ ਪੱਗ ਥੀ ਗਏ ਧੀਆਂ ਪੇ ਕੇ ਘਰ ਮਹਿਮਾਨ, ਅੱਜ ਮੇਰਾ ਗਾਜ਼ੀ ਹੋਇਆ, ਅੱਜ ਮੇਰਾ ਹੁਸੈਨ ਹੋਇਆ, ਅੱਜ ਮੇਰਾ ਅਕਬਰ ਹੋਇਆ। ਜੀਆਂ ਕਾ ਜੀਆਂ ਕਾ ਬੀਬੀਆਂ ਦੇ ਉਹ ਜਾਣੇ ਮੈਂ ਟੁਰੀ ਵੈਸ, ਜਦਾਂ ਧੀ ਪੇ ਕੇ ਵੇੜੇ ਚੁ ਟੁਰੇ, ਮਾਂ ਜ਼ਿੰਦਾ ਹੋਵੇ ਚਾਦਰਾਂ ਦੇਸ ਦੁਰ ਦੇਸ, ਉਹ ਸਵਾਰੀ ਤੇ ਸਵਾਰ ਕਰੇ ਸੀ ਮਾਂ ਕੋ ਆਖੀ ਅੰਮਾ ਰੁਕ ਵਾਂਜ ਮੈਂ ਸਹੇਲੀਆਂ ਕੋ ਬੁਰੇ ਨਹੀਂ,
ਜਿਹੜੇ ਸਹੇਲੀਆਂ ਸਨ ਹਯਾਤੀ ਹੋਵੀ ਉਹਨਾਂ ਕੋ ਨਾਲ ਲਾ ਕੇ ਹਰ ਫਿਰਾ ਦੇ ਘਰ ਵੈਸੀ ਆਖਸੀ ਮੈਂ ਪੇਕਿਆਂ ਚੋਂ ਸਾਵਰੇ ਵੱਲੀ ਵੈਂਦੀ ਹਾਂ ਵਰਜਾਈ ਕੋ ਆਖਸੀ ਕੋਈ ਗਲਤੀ ਹੋਵੇ ਤਾਂ ਮੈਂ ਮਾਫ਼ੀ ਮੰਗਦੀ ਹਾਂ ਜਿਹੜਾ ਪੌਣੇ ਦੋ ਸਾਲ ਤੋਂ ਬਾਅਦ ਆ ਲਿਆ ਉੱਜੜ ਕੇ ਟੁਰ ਆਈ ਪੂਰੇ ਪੰਜ ਪੰਜ ਮਿੰਟ ਹਰ ਫਿਰਾ ਦਾ ਕੁੰਡਾ ਨੱਪ ਕੇ ਰੋਂਦੀ ਰਹੀ ਆਈ ਪੂਰਾ ਅੱਧਾ ਘੰਟਾ ਹੁਸੈਨ ਦੇ ਦਰਵਾਜ਼ੇ ਤੇ ਰੋਂਦੀ ਆਈ ਬੀਬੀ ਅਜੇ ਤੇਰਾ ਸੱਜਾਦ ਜੀਵੇ ਤੇਰਾ ਬਾਕਰ ਜੀਵੇ ਭੇਣ ਝੋਲੀ ਛੜਕੀ ਵੇ ਵਾਹ ਭਾਈ ਵਾਹ ਵਾਹ ਭਾਈ ਵਾਹ ਭੇਣ ਜੀ ਆਖਾਂ ਜੀ ਆਖਾਂ ਹਰ ਬੰਦਾ ਰੋਂਦਾ ਪਏ ਕੋਈ ਅੱਖ ਨਹੀਂ ਬਾਕਰ ਜਿਹੜੀ ਇਵੇਂ ਹੋਵੇ ਮੈਂ ਝੋਲੀ ਚਾਹ ਕੇ ਦੁਆ ਪਿਆ ਕਰੇ ਨਾ ਜਦਾਂ ਧੀ ਪੇਕੇ ਵੇੜੇ ਚ ਟੁਰੇ ਇੱਕ ਕਦਮ ਚਾਹੀਦੀ ਏ ਦੋ ਦਫ਼ਾ ਫਿਰਾਵਾਂ ਦੇ ਵਸਦੇ ਘਰ ਅਜੇ ਸ਼ਾਲਾ ਇਵੇਂ ਪੈ ਵਸੋ ਤੱਤੀਵਾਨ ਲੱਗ ਬੀਬੀ ਜਦਾਂ ਟੁਰੀਏ ਇੱਕ ਕਦਮ ਚਾਹੀਦੀ ਏ ਦੋ ਦਫ਼ਾ ਪਿੱਛਾ ਦੇ ਦੀ ਬੀਬੀ ਅਜੇ ਮੈਂ ਵੀ ਕਦਮ ਚੈਨ ਮੇਰੇ ਦਾਮਨ ਕੋ ਛਿੱਕੀ ਆਈ ਮੈਂ ਮੁੜ ਕੇ ਜਿੱਟੇ ਮੇਰੀ ਅੱਠ ਸਾਲ ਦੀ ਬੱਤਰੀ ਜੀ ਸੋਟੀਆਂ ਦੀ ਟੇਕ ਤੇ ਟੁਰਦੀ ਅਜੇ ਖੜ ਵੰਜਿਆ ਮੈਂ ਦੁਰ ਲਹਿੰਦੀ ਰਹੀ ਆ ਵੇਖੂ ਵਸਦਾ ਰਹੇ ਜੀ ਆਖਾਂ ਜੀ ਅੱਖ ਜੀ ਆਖਾਂ ਸਰਦਾਰ ਮੈਂ ਨੌਕਰਾਂ ਸਤਾਵੀ ਮਾਂ ਰਮਜ਼ਾਨ ਦੀ ਬੁਰਦੀ ਦੀ ਗਰਾਈ ਜਦਾਂ ਸਾਵਰੀ ਹਵੇਲੀ ਵੱਲੀ ਨਸੁਣਾ ਕਰ ਜੋ ਆਈ ਤੇ ਧੀਆਂ ਨਸੁਣਾ ਕੋਈ ਆਮ ਮਜ਼ਦੂਰ ਲਈ ਅਲੀ ਦੀ ਧੀ ਆਈ ਮਾਂ ਦਰਵਾਜ਼ੇ ਤੇ ਕਿਬਲਾ ਸਮ ਗਈ ਮਿੱਟੀ ਤੇ ਧੀਆਂ ਸਜੂ ਖਬੂ ਮਹਿ ਗਏ ਮਗਰ ਬਸ਼ਾ ਦੀ ਨਮਾਜ਼ ਪੜ੍ਹ ਕੇ ਅਬਦੁੱਲਾ ਵੱਲੇ ਵੱਡੀ ਧੀ ਦਾ ਸਰ ਚੁਮਕਿਆ ਦੇ ਅਰਬ ਦੀ ਕੌਣ ਗਰੀਬ ਮਸਤੂਰ ਹੁਣ ਤਾਂ ਪੱਖੀ ਆਪਣੇ ਸ਼ਾਨਾ ਚਰਾਮ ਪੈ ਕਰੇ ਨੇ ਮਿੱਟੀ ਤੇ ਸੁੱਤੀ ਪਈ ਏ ਕੋਈ ਸ਼ਾ ਕਿਉਂ ਨਿਵੇ ਦਿੱਤੀ ਧੀ ਮੂੰਹ ਤੇ ਬਿੜ ਗਿਆ ਜੇ ਸਹਿ ਲਈ ਸਾਡੀ ਅਮੜੀ ਵੱਲ ਆਈ ਵਾਹ ਭਾਈ ਵਾਹ ਵਾਹ ਭਾਈ ਵਾਹ ਜੀ ਆਖਾਂ ਜੀ ਆਖਾਂ ਜਿਹੜੇ ਅਮੜੀ ਦਾ ਨੌਕਰ ਜੋ ਜਿਹੜੇ ਅਮੜੀ ਦਾ ਨਾਮ ਹੈ ਅਬਦੁੱਲਾ ਵੀ ਹੈ ਜਿਵੇਂ ਜੀਕ ਤੋਂ ਪਾਣੀ ਆਉਂਦੇ ਬੀਬੀ ਕੜੀਆਂ ਦੇ ਗਸ ਲੁਕਾਵਣ ਪੈ ਗਈ ਰੋਕਿਆ ਜੇ ਮੈਂ ਸ਼ਾਮ ਦੇ ਪਾਸ ਗਈ ਆਮੀਆਂ ਸ਼ਾਮ ਦੇ ਲੋਕ ਰਜ਼ੀਲੇ ਤੂੰ ਦੇਖ ਤਾਂ ਸਹੀ ਹੱਥ ਪੈਰ ਉਜੜੀ ਦੇ ਕਰ ਗਏ ਨਰੰਗੇ ਤਬਦੀਲੇ ਸ਼ਾਬਾਸ਼ ਰੋਣ ਵਾਲਾ ਸਤਾਵੀ ਅਠਾਵੀ ਉਨੱਤਰੀ ਆ ਗਈ ਦੁਲ ਫਿੱਤਰ ਦਰੀ ਮੇਰਾ ਧੀਆਂ ਮੇਰਾ ਭੇਣੀ ਮੇਰਾ ਮਾਵਾਂ ਮੈਂ ਹੱਥ ਬੱਧੀ ਕਣਾ ਈਦ ਵਾਲੇ ਦੀ ਕੰਘੀ ਦਾ ਡਿਵਾਏ ਸੱਯਦ ਜੋ ਹੋਇਆ ਈਦ ਵਾਲੇ ਦੀ ਭੜਕੀ ਲਿਬਾਸ ਨਾ ਪਵੇ ਈਦ ਵਾਲੇ ਦੀ ਜ਼ੇਵਰ ਨਾ ਪਵੇ ਜਿਤਨੀ ਗਰੀਬ ਘਰ ਦੀ ਮਜ਼ਦੂਰ ਹੋਵੇ ਅਮੀਰ ਘਰ ਚ ਰਿਸ਼ਤਾ ਥੀ ਵੰਜਸ ਈਦ ਵਾਲੀ ਰਾਤ ਸਾਰੀ ਰਾਤ ਖਾਣੇ ਪੱਕੇ ਦੀ ਰਾਸੀ ਲੇਕਿਨ ਆਪ ਨਾ ਖਾਸੀ ਜਿਹੜੇ ਸੁਬਹ ਦੀ ਸੀ ਪੁੱਤਰ ਕੋ ਆਖਸੀ ਵੰਜ ਮਾਮੇ ਦਾ ਰਾਹ ਦੇਖ ਜ਼ਰੀ ਦੇਰ ਜੋਤੀ ਸੀ ਆਖਸੀ ਮੇਰਾ ਅੱਲਾ ਸ਼ਾਲਾ ਮੇਰਾ ਪੇਕਿਆ ਤੋ ਖੈਰ ਵਤਨ ਲਿਆ ਜਦਾ ਪਹਿਲੀ ਪਹਿਲੀ ਮੇਰੀ ਸੈਣ ਕੋ ਮਦੀਨੇ ਆਈ ਆਈ ਸਭਾ ਪਾਰ ਦੀ ਤਾਂ ਸੱਜਾ ਤੇ ਬਾਕਰ ਦਰਾ ਦੇਦੀ ਰਹੀ ਜਿਹੜੇ ਵੇਲੇ ਕੋਈ ਨਹੀਂ ਆਇਆ ਮੇਰੀ ਸੈਣ ਧੀਆਂ ਗੁਨਾ ਲਾ ਕੇ ਬਾਹਰ ਦੀ ਸਿਰਾਂ ਦੁਆ ਬੈਠੀ ਆਈ ਬੀਬੀਆਂ ਦੇ ਚਾਚੇ ਜਾਇਆ ਅਜੀਤ ਕੱਲੀ ਨਹੀਂ ਆਈ ਮੈਂ ਧੀਆਂ ਕੋ ਖਿਲਾਈਆਂ ਆ
ਅਜੇ ਚਾਚੇ ਜਾਇਆ ਕਿਆ ਕੇ ਜਾਈ ਕਿਹੜੀ ਸ਼ੈ ਮੰਗਦੀ ਏ ਬੀਬੀ ਅਜੇ ਦੁਨੀਆਂ ਦੀ ਕੋਈ ਸ਼ੈ ਨਾ ਮੰਗਦੀ ਮੈਂ ਕੋਈ ਇਜਾਜ਼ਤ ਦੇ ਵਾਹ ਭਾਈ ਵਾਹ ਤੂੰ ਅੱਗੋਂ ਮੇਰੇ ਵਹਿਣ ਕਰੇ ਲੈ ਮੈਂ ਕੋ ਇਜਾਜ਼ਤ ਦੇ ਮੈਂ ਪੇਕੀ ਹਵੇਲੀ ਵੇਨੀਆਂ ਹਾਂ ਮਾਤਮ ਕਰਨ ਵਾਲਾ ਸ਼ਰਮ ਨਹੀਂ ਵੀ ਆਉਂਦਾ ਤਾਂ ਸੱਚ ਜਾ ਕੇ ਮੈਨੂੰ ਦੇਖੇ ਮੈਂ ਹਰ ਅੱਖ ਦਸ ਵਿਵਹਾਰ ਕਮਰ ਨਾਲ ਚਾਦਰ ਬੱਧੀ ਐਸ ਧੀਆਂ ਕੂੰਗ ਨਾਲ ਲੈ ਹਨਫੀਆ ਦੇ ਕੋਲ ਨਹੀਂ ਗਈ ਸੱਜਾ ਦੇ ਕੋਲ ਨਹੀਂ ਗਈ ਮੈਂ ਜੀ ਸੈਨ ਅੱਬਾਸ ਦੇ ਬੰਦ ਦਰਵਾਜ਼ੇ ਤੇ ਆ ਖੜੀ ਆਈ ਇਵੇਂ ਕੁੰਡੇ ਚੱਦ ਪਾ ਕੇ ਅਜੇ ਗਾਜ਼ੀਓ ਬੜੀ ਮੌਜਿਆ ਦੀ ਮਜਲਿਸ ਜੀ ਮੈਂ ਨੌਕਰ ਹਾਂ ਅੱਲਾ ਭਾਵੇਂ ਬੱਚੜੇ ਜੀ ਨਹੀਂ ਮੈਂ ਤੇਰਾ ਨੌਕਰ ਜੁਆ ਗਾਜ਼ੀ ਭੇਣ ਈਦ ਘਿਨਣ ਆਈ ਆਈ ਹਨਫੀਆ ਡਿੱਟੇ ਭੇਣ ਦੇ ਗੱਲ ਗਏ ਬੀਬੀਆ ਕੇ ਸਾਡਾ ਲਾਸ਼ਾਂ ਤੂੰ ਬਾਤ ਕਰੀਆਂ ਉਹਨਾਂ ਸ਼ਹਿਰ ਬਸ਼ਹਿਰ ਪਿਰਾਇਆ ਅਸਾਂ ਉਹ ਲੈ ਦੀਆਂ ਮਰ ਗਈਆਂ ਸੇ ਉਹ ਜਦਾ ਘਰ ਤੂੰ ਬਾਕਰ ਨਰਾਜ਼ ਨਾ ਥੀਵੇਂ ਸਫਰ ਜ ਮਜਲ ਸੀ ਹਰ ਕੈ ਪੜਨੀ ਮੈਂ ਚਾਹਨਾ ਇਹਨਾਂ ਜੁਮਲੇ ਚ ਬੱਚੇ ਰੋਵੇਂ ਤੇਰੀ ਜ਼ਿੰਦਗੀ ਹੋਵੇ ਕੁੰਡਾ ਡੱਬ ਕੇ ਜਿਹੜਾ ਦੀਪ ਪੇ ਕੇ ਵੇੜੇ ਆਵੇ ਸੱਜੇ ਦੇ ਦੀ ਖੱਬੇ ਦੇ ਦੀ ਜਿਹੜੇ ਬੀਬੀ ਜਿੱਟਾ ਇੱਕ ਮਜ਼ਦੂਰ ਹੈ ਜਿਹੜੀ ਦੁੱਖ ਤੇ ਸੁੱਤੀ ਪਈ ਹੈ ਛੋਟੀ ਜੀ ਗੱਟੜੀ ਹਾਂ ਨਾਲ ਲਾਈ ਪਈ ਹੈ ਕੌਣ ਅਸਗਰ ਦੀ ਮਾਰ ਉਬਾਵੇ ਬੀਬੀ ਕੁੰਡਾ ਚੋੜ ਕੇ ਜਲਦੀ ਨਾਲ ਭਰ ਜਾਈ ਦਾ ਸਰ ਜਾ ਕੇ ਜਾਨੂ ਤੇ ਰੱਖਾ ਅਕਲ ਮਾਰ ਕੇ ਅਜੇ ਅੱਖੀ